ਨਮਾਜ਼ੀਆਂ ਪੈਸਾ ਨਹੀਂ ਲੱਗੇਗਾ, ਭੈਣੇ ਸਿਹਤ ਵਾਸਤੇ, ਨਮਾਜ਼ੀਆਂ ਵਾਸਤੇ। ਪਹਿਲੀ ਚੀਜ਼ ਦਾ ਨਾਂ ਜੇ ਦੇਸੀ ਕਿੱਕਰ, ਇਸ ਦੇਸੀ ਕਿੱਕਰ ਦਾ ਸ਼ਰਾਬ ਬਣਦਾ ਸ਼ਰਾਬ। ਹੁਣੇ ਕਿਸੇ ਬੁੱਢੇ ਬਾਬੇ ਨੂੰ ਸ਼ਰਾਬ ਪਿਲਾ ਦਿਓ, ਪੂਰੇ ਮੇਲੇ ਨੂੰ ਕਵੇਗਾ ਬਾਹਰ ਨਿਕਲੋ ਸੁਲਤਾਨ ਰਹੀ ਮੈਂ। ਤੇ ਜੇ ਛੋਟੀ ਜਿਹੀ ਦਾਣੀ ਲਾ ਕੇ ਦੰਦਾਂ ਉੱਤੇ ਮੱਲ ਲਵੇ ਤੇ ਪਾਕ ਨਬੀ ਦੀ ਸੁਨਤ। ਜੇ ਕਿੱਕਰ ਦਾ ਸ਼ਰਾਬ ਕੰਮ ਕਰਦਾ ਤੇ ਇਹਦਾ ਲਾਲ ਵੀ ਕੰਮ ਕਰਦਾ। ਦੋ ਚੀਜ਼ਾਂ ਕਿੱਕਰ ਦੀਆਂ ਲੈ ਲਿਆ ਜੇ, ਇੱਕ ਸਤਾਤੀ ਕਿੱਕਰਾਂ ਦੇ ਫੁੱਲ, ਇਹ ਜਿਹੜੇ ਪੀਲੇ ਰੰਗ ਦੇ ਪੈਂਦੇ ਨੇ, ਬੋਲੋ ਮਿਲ ਜਾਣਗੇ? ਬੋਲੋ ਯਾਰ, ਥੋੜ੍ਹਾ ਜਿਹਾ ਪਿੱਛੇ ਹੋ ਕੇ ਰੱਖੋ, ਸ਼ਾਬਾਸ਼ ਅੱਗੇ ਹੋ, ਪੰਜਵੀਂ ਔਰ ਆਖਰੀ ਚੀਜ਼, ਇੱਕ ਤੋਲਾ ਪੁਸ਼ਤਾ ਫੁਲਾ ਦੇ ਲਿਆ ਜੀ, ਜਾਮਨੂ ਦਾ ਮਾਰਿਆ ਲੋਹਾ, ਲੋਹਾ ਮਰ ਜਾਵੇ ਤੇ ਇਹਨੂੰ ਕਹਿੰਦੇ ਨੇ ਪੁਸ਼ਤਾ ਫੁਲਾਦ, ਪੁਸ਼ਤਾ ਫੁਲਾਦ, ਜਾਮਨੂ ਦਾ ਮਾਰਿਆ ਲੋਹਾ। ਇਹਨਾਂ ਪੰਜਾਂ ਚੀਜ਼ਾਂ ਨੂੰ ਮਿਕਸ ਕਰ ਲਈ, ਉਹ ਆਮ ਲੇਵੀ ਆਟਾ ਬਣ ਜਾਏਗਾ। ਇੱਕ ਇਹ ਡੱਬੀ ਮੈਂ ਵੀ ਚੁੱਕ ਸਕਦਾ ਸਾਂ, ਦੋ ਬਣ ਦੀ ਡੱਬੀ ਨਹੀਂ, ਦਾਤਰੀ ਨੂੰ ਇੱਕ ਪਾਸੇ ਦਿੰਦੇ ਨੇ ਤੇ ਦੁਨੀਆਂ ਨੂੰ ਦੋ ਪਾਸੇ ਨੇ। ਜੇ ਇਹ ਤੇ ਉਹਨਾਂ 'ਚ ਵੀ ਸੋਨਾ, ਜੇ ਇਹਦੇ ਵਿੱਚ ਮਿੱਟੀ ਹੈ ਤੇ ਉਹਨਾਂ 'ਚ ਵੀ ਸੋਨੇ ਮਿੱਟੀ ਦਾ। ਮੈਨੂੰ ਪਤਾ ਕਿਉਂ, ਜਿਸ ਵੇਲੇ ਚੀਜ਼ ਬਣਾਈ ਹੈ ਤੁਹਾਡੇ 'ਚ ਕੋਈ ਨਹੀਂ ਸੀ ਵੇਖਦਾ, ਬੋਲੋ ਕੌਣ ਵੇਖਦਾ ਸੀ? ਅਗਰ ਮੈਂ ਪੰਜ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਇਹਦੇ ਵਿੱਚ, ਆਸਤਾਨੀ ਦੂਰ ਦੀ ਕਬੋ ਯਾਲਾ ਹੈ, ਸਾਰੇ ਬੰਦੇ ਤੇਰਾ ਸਿਰ ਨਾ ਮਾਰਿਆ, ਜੇ ਮੂੰਹ ਬੋਲਿਆ ਜੇ ਬੋਲੋ, ਦਵਾਈ ਮੇਰੇ ਬੱਚੇ ਨੇ ਮੈਂ ਕਾਹਦੇ ਨਾਲ ਖਾਧੀ ਹੈ, ਬੋਲੋ ਤੇ ਸਹੀ ਆ। ਅੱਜ ਮੇਰੇ ਕਹਿਣ ਦੇ ਮੁਤਾਬਕ ਇੱਕ ਗੋਲੀ ਪਾਣੀ ਨਾਲ ਖਾਈ, ਅੱਲਾ ਦੀ ਸ਼ਾਨ ਨਜ਼ਰ ਆਵੇ, ਐ ਲੂ ਲੂ ਦਾ ਸਿਕੇਵਾ ਨਿਕਲ ਜਾਏ, ਤਬੀਅਤ ਗੁਲਾਬ ਦੇ ਫੁੱਲ ਦੀ ਤਰ੍ਹਾਂ ਮਹਿਸੂਸ ਕਰੇ। ਅਗਰ ਦੁਬਾਰਾ ਮੰਗਵਾਉਣਾ ਚਾਹਵੇ, ਐਡਰੈਸ ਦੇ ਜ਼ਰੀਏ ਮੰਗਵਾ ਲਵੇ, ਇਹਦੇ ਉੱਤੇ ਮੇਰੇ ਘਰ ਦਾ ਸਿਹਤ ਕਾਇਮ ਹੋ ਜਾਵੇ। ਬੁੱਢੇ ਬੰਦੇ ਨੇ ਜੋੜ ਪੁੱਛੋ, ਦੁਬਾਰਾ ਮੁੰਡਾ ਜਿਹੜਾ ਕਹਿੰਦਾ ਚਾਚਾ ਮੈਂ ਖਾਣਾ ਬੜਾ ਕੁਝ ਲੱਗਦਾ ਨਹੀਂ, ਆਵਾਜ਼ ਮੇਰੀ ਕੋਈ ਆ ਜਿਹੜੀ, ਛੋਟੇ ਬੱਚੇ ਇੱਕ ਵਾਰੀ ਨਾਰਾ ਲਗਾਓ ਯਾ ਅੱਲਾ ਹੈ, ਬੁਲੰਦ ਬਾਦ ਨਾ ਬੋਲੋ ਯਾ ਅੱਲਾ ਹੈ। ਇਹ ਸਰੀਏ ਦੀ ਮੌਤ, ਮੇਰਾ ਦਾਦਾ ਉਸਤਾਦ ਮਰਿਆ, ਮੈਨੂੰ ਕਲਮੇ ਦੀ ਕਿਸਮ, ਮੇਰਾ ਦਾਦਾ ਉਸਤਾਦ ਦੇ ਸਰੀਏ ਦੀ ਮੌਤ ਮਰੇ, ਹੁਣ ਤੋਂ ਚੰਡ ਮਾਰਾਂਗਾ ਫਿਰ ਤੂੰ ਪਿਛਾਉਣ। 20 ਵਾਰੀ ਕਿਹਾ ਜਦੋਂ ਮੈਂ ਬਿਆਨ ਕਰਦਾ ਵਾ ਪਿਛਾਉਣ ਕੇ ਖਲੋ ਦਿਆ, ਫਿਰ ਗੱਡੀ ਦੇ ਫੋਨ, ਤੇਰਾ ਕੋਈ ਮਕਸਦ ਹੈ ਮੇਰੇ ਜਿਹੜੇ ਮੈਂ ਕਹਾਂ ਫਿਰ ਸਾਹਮਣੇ ਆਉਂ, ਪੂਰਾ ਨਾ ਹੋਇਆ। ਮੈਂ ਫਲਾਂ ਨੂੰ ਵੇਖ ਕੇ ਉਸਤਾਦ ਮੇਰੇ ਨੇ ਤੀਸਰਾ ਦੌਰ ਸ਼ਰਮਿੰਦਾ ਹੋ ਕੇ ਮਾਰਿਆ ਤੇ ਸਰੀਏ ਨੇ ਗਲਾ ਪਾਰ ਕੀਤਾ ਕਿ ਜੱਬੀ ਦੇ ਅੰਦਰ ਅਬੀਦਾ ਦਾ ਨਾਂ ਹੈ, ਸਰਕਸ ਬਣ ਜਾਏ ਤੋ ਸਰਕਸ ਹੈ, ਵਿਗੜ ਜਾਏ ਤੋ ਸੜਕਟ ਮੌਤ ਹੈ। ਇਹ ਮੌਤ ਮੇਰੇ ਗਲੇ ਉੱਤੇ, ਅਗਰ ਤੁਹਾਡੇ ਦੇਣ ਵਿੱਚ ਸ਼ੱਕ ਹੋਵੇ, ਬਲੀ ਦਾ ਦਰਬਾਰ ਮੇਰੇ ਸਾਹਮਣੇ ਹੈ, ਜਿਸ ਬੰਦੇ ਨੂੰ ਸ਼ੱਕ ਹੈ ਉਹਨੂੰ ਆਪਣੇ ਮਜ਼ਹਬ ਦੀ ਕਸਮ ਦੇ ਨਾਲ ਦਾ ਸਰੀਆ ਦੁਕਾਨ ਤੋਂ ਜਾ ਕੇ ਆਪਣਾ ਲੈ ਆਵਾਂ। ਅਗਰ ਮੈਂ ਦੋਹਰਾ ਨਾ ਕਰਾਂ ਤਾਂ ਮੈਂ 1000 ਰੁਪਇਆ ਜੁਰਮਾਨਾ ਦਿਆਂਗਾ, ਤੇ ਜੇ ਦੋਹਰਾ ਕਰ ਲਵਾਂ ਤਾਂ ਫਿਰ ਮੈਂ ਵੀ ਇਨਾਮ ਦਾ ਹੱਕਦਾਰ। ਲਓ ਸਰੀਆ ਉੱਤੇ ਖੇਲ ਵੇਖੋ, ਦੁਬਾਰਾ ਨਾ ਮੈਂ ਸਰੀਆ ਲਓ ਤੇ ਸਰੀਏ ਦਾ ਵਾਅਦਾ ਪੂਰਾ ਹੋ ਗਿਆ, ਹੁਣ ਮੈਂ ਸਰੀਆ ਨਵੇਂ ਦਾ ਪੂਰਾ ਕਰਨ ਲੱਗਾ। ਕਿੰਨੇ ਬੱਚੇ ਬਹੁਤ, ਬੈਠੋ ਥੱਲੇ ਯਾਰ ਬੈਠੋ, ਇਹਨਾਂ ਸੱਚ ਵੇਖ ਕੇ ਤੂੰ ਨਾ ਮੰਨੇ ਤੇ ਤੇਰੇ ਆਪਣੇ ਨਸੀਬ ਯਾਰ, ਤੇਰੇ ਆਪਣੇ ਮੁਕੱਦਰ ਦੇ ਯਾਰ।